ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਕੱਪੜੇ ਧੋ ਲਈਏ ਸਵੇਰ ਸਵੇਰ ਦਾ ਟਾਈਮ ਹੈ ਛੁੱਟੀਆਂ ਹੋ ਗਈਆਂ ਸਾਰਿਆਂ ਨੂੰ ਹੈਪੀ ਹੌਲੀਡੇਸ ਘੁੰਮੋ ਫਿਰੋ ਮੇਰੇ ਘਰ ਮਾਰੇ ਹੈਗਾ ਘੁੰਮਣ ਫਿਰੀ ਨਹੀਂ ਜੀ ਮਨਵੀਰ ਦੀਦੀ ਨੂੰ ਨਹੀਂ ਹੋਇਆ ਮਨਵੀਰ ਦੀਦੀ ਨੂੰ ਨਹੀਂ ਹੋਈਆਂ आलू रखे हुए ने उंज तो ये सब्जी पई सी है ना तोरियां पर बच्चे खाते हैं साधू वाले परौंठे तोरियां ही सब्जी से हो मैं कद्दू समझ के खा गई मैं कद्दू समझ के खा गई नहीं पानी पी के ही लोकदियां फिरदे आ रहे तीन दिन तो कपड़े नहीं धोते ढेर लाते मशीन चला के एक बार सर्फ निकल जूगा फिर पानी कटेंगे क्योंकि फिर पानी की घट बर्बादी होंगी है नहीं सर्फ निकल के टाइम लगता पानी लगे रोड एक बार सर्फ कट दूंगी फिर अपने पानी कट आ दूजी सीटी बजी आ सब्जी तोड़ के लिया है खेतों मास्टर जी मेरे कहने मक्की बढ़न मैं सारे झाड़ू पोचा क्योंकि जी मनवीर का पढ़ाई का कम लिया पढ़ रहे छुट्टिया छोटिया मैं जोली खिच के रख तो कम वो तो करना ही पो बस आप एक पॉइंट गेड़ा देवे बस सर कल बहुत ज्यादा मीह आया ਤੇ 5 ਤਰੀਕ ਤੱਕ ਕਹਿੰਦੇ ਨੇ ਇਹਦੇ 5 ਜੂਨ ਤੱਕ ਵੀ ਇਸ ਤਰ੍ਹਾਂ ਹੀ ਰਹੂਗਾ 5 ਤਰੀਕ ਤੋਂ ਬਾਅਦ ਦੇਖੋ ਅੰਡਰ ਲੱਗਦਾ ਰੱਬ ਕਿਤੇ ਹੁਣ ਮੀਂਹ ਤੇ ਮੀਂਹ ਪਾਈ ਜਾਵੇ ਜਦੋਂ ਜੀਰੀ ਲਾਉਣੀ ਆ ਉਦੋਂ ਬੁਰਾ ਹਾਲ ਹੀ ਕਰਦੇ ਜੇ ਵੀ ਸੁਕਾਈ ਦੇਵੇ ਜੇ ਹੁਣ ਇਹੀ ਮੀਂਹ ਹੈ ਨਾ ਪੈ ਜਾਂਦਾ ਅੱਗੇ ਜਿਵੇਂ 15 ਜੂਨ ਤੋਂ ਬਾਅਦ ਪੈਂਦਾ ਇਹ ਸਾਰਾ ਪਾਣੀ ਕੰਮ 'ਚ ਆ ਜਾਂਦਾ ਹੁਣ ਇੰਨਾ ਮੀਂਹ ਪੈ ਗਿਆ ਵੀ ਸ਼ਾਇਦ ਕੱਦੂ ਕਰ ਲੈਣੀ ਬਾਹਾਂ 'ਚ ਇਹ ਸਾਰਾ ਪਾਣੀ ਜੀਰੀ ਲਾਉਣ ਨਾਲ ਤਾਂ ਜੀਰੀ ਨਾ ਸੁੱਕਦੀ ਚੱਲ ਪੈਂਦੀ ਨਾਲੇ ਇੰਜ ਸੌਖਾ ਹੋ ਜਾਂਦਾ ਝੋਨਾ ਲਾਉਣ ਵਾਲਿਆਂ ਨੂੰ बंद कटे खोल के दिखाया कुछ सामने का पाया पिछले साल लिया जेड़े आप किन्ने बजे थे इन्ने सस्ते बंदे ये प्याज है पूरे बेचने वाला आया जी भाई रेड़े वाला तो लैंदा किन्ना का गिल्ला बड मक्की वाला ਦਾਣੇ ਵਾਲਾ ਡੱਬੂ ਜੇ ਧਰਤੋ ਚ ਚੱਟੀ ਜੇ ਸੰਧੀ ਨਹੀਂ ਲਾ ਲਓ ਜੀ ਇਹਨੂੰ ਆਪਾਂ ਧੋ ਕੇ ਨਾ ਉਹਦੇ ਚੌਪਰ ਦੇ ਵਿੱਚ ਕਰ ਲੈਣੇ ਆ ਬਰੀਕ
ਚੱਕ ਕੇ ਆਉਣਾ ਕੀ ਕਰ ਲੋ ਜੀ ਆਪਾਂ ਪਰੌਂਠੇ ਦੀ ਤਿਆਰੀ ਕਰਦੇ ਕੱਲ ਨਾ ਰਸੋਈ ਦਾ ਬਾਰ ਖੁੱਲਾ ਰਹਿ ਗਿਆ ਇੱਕ ਪਤਾ ਨਹੀਂ ਕਿਉਂ ਮੈਂ ਜੀ ਕਰਦਾ ਹੈਗਾ ਵੀ ਜਦੋਂ ਹੁਣ ਆਪਾਂ ਕੁਛ ਬਣਾਉਣ ਲਿਆਂਗੇ ਵੀ ਬਾਰ ਖੁੱਲਾ ਛੱਡ ਕੇ ਬੜਾਈ ਗਰਮੀ ਲੱਗਦੀ ਹੈ ਇਹਨੇ ਮੱਖੀਆਂ ਨਾਲ ਭਰ ਗਈ ਰਸੋਈ ਲਓ ਜੀ ਆਪਾਂ ਆਲੂ ਛਿੱਲ ਲਈਏ ਪਿਆਜ਼ ਮੈਂ ਬਰੀਕ ਕੱਟ ਲਏ ਨੇ ਸਾਡੇ ਤਾਂ ਰਸੋਈ 'ਚ ਇੰਨੀਆਂ ਮੱਖੀਆਂ ਬੜੀਆਂ ਪਈਆਂ ਨੇ ਜਦੋਂ ਸਕੂਲ ਲੱਗਦੇ ਨੇ ਸਾਰੇ ਐਵੇਂ ਹੁੰਦਾ ਨਾ ਬੱਚਿਆਂ ਨੇ ਜਾਣਾ ਆਪ ਵੀ ਜਾਣਾ ਵੀ ਫਟਾਫਟ ਕੰਮ ਕਰਕੇ ਜਾਈ ਹੁਣ ਛੁੱਟੀਆਂ ਹੋ ਗਈਆਂ ਸਾਰੇ ਕੰਮ ਲੇਟ ਹੋਇਆ ਕਰਨਗੇ ਜਿਹੜੇ ਕੰਮ 9 ਵਜੇ ਦਿਨ ਨਿਬੜਦੇ ਸੀ 8 ਵਜੇ ਦਿਨ ਨਿਬੜਦੇ ਸੀ ਉਸੇ ਕੰਮਾਂ ਨੂੰ 11 ਵਜੇ ਜਾ ਕੇ ਨਹੀਂ ਸਾਰਾ ਕੰਮ ਲੇਟ ਚੱਲੂਗਾ ਹੁਣ ਬੱਚੇ ਵੀ ਨਹੀਂ ਬਿਸਤਰਾ ਖੜਦੇ ਹੈਗੇ ਜੀ ਕਿਉਂ ਕਿੱਥੇ ਤਾਂ ਮੈਨੂੰ ਹੁੰਦਾ ਹੈ ਨਾ 5:30 ਵਜੇ ਉੱਠ ਖੜਦੇ ਜੀ ਸਕੂਲ ਜਾਣਾ ਅੱਜ 6 ਵਜੇ ਮੈਂ ਮਸਾਂ 28 6 ਵਜੇ ਖੜਾ ਹੋ ਜੂ 6 ਵਜੇ ਖੜੇ ਹੋ ਜੂ ਵੀ ਰਹਿ ਹੁੰਦਾ ਇਹਨਾਂ ਨੂੰ ਪਏ ਰਹੀ ਫਿਰ ਕੰਮਾਂ ਨੂੰ ਲੇਟ ਹੋ ਜਾਂਦਾ ਲਓ ਜੀ ਆਲੂ ਆਪਾਂ ਠੰਡੇ ਹੋ ਗਏ ਠੰਡੇ ਨਹੀਂ ਹੋਏ ਜੇ ਵੀ ਗਰਮ ਪਏ ਨੇ ਮੈਨੂੰ ਉੱਧਰ ਹੋ ਗਏ 7-8 ਮਿੰਟ ਗੜੀ ਨੂੰ ਮੈਂ ਆਲੂ ਠੰਡੇ ਹੋ ਜਾਣਗੇ ਇਹ ਆਪਣੇ ਕੋਲ ਹੈਗੇ ਨੇ ਜੀ ਪਿਆਜ਼ ਅਤੇ ਹਰੀ ਮਿਰਚ ਬਿਲਕੁਲ ਇਹਨਾਂ ਨੂੰ ਫਬਰੀਕ ਚੌਪ ਕਰ ਲਿਆ ਇਹਨਾਂ ਨੂੰ ਜਾਣ ਕੇ ਪਹਿਲਾਂ ਪਾਈ ਦੇਵਾਂ ਠੰਡੇ ਨਾ ਉਹ ਹੋ ਜੂਗਾ ਠੰਡਾ ਹੀ ਹੋ ਜਾਣਗੇ ਪਿਆਜ਼ ਮਾੜੀ ਜੀ ਪਿਆਜ਼ ਠੰਡਾ ਹੋ ਆਲੂ ਠੰਡੇ ਹੋ ਜਾਣਗੇ ਪਿਆਜ਼ ਠੰਡੇ ਨੇ ਹੁਣ ਗਰਮੀ ਦਾ ਜੀ ਧਨੀਆ ਨਹੀਂ ਮਿਲਦਾ ਹੈਗਾ ਅਤੇ ਕਸੂਰੀ ਮੇਥੀ ਪਾਏ ਤੋਂ ਬਹੁਤ ਜ਼ਿਆਦਾ ਸਵਾਦ ਪਰੌਂਠੇ ਬਣਦੇ ਨੇ ਪਰ ਆਪਣੇ ਕੋਲ ਹੈ ਨਹੀਂ ਜੀ ਜਦੋਂ ਵੀ ਬਾਜ਼ਾਰ ਜਾਂਦੀ ਮੈਂ ਭੁੱਲ ਜਾਂਦੀ ਹਾਂ ਘਰੇ ਮੇਰੇ ਯਾਦ ਹੁੰਦੀ ਹੈ ਜਦੋਂ ਮੈਨੂੰ ਲੋੜ ਹੁੰਦੀ ਹੈ ਪਰ ਜੇ ਮੈਂ ਬਾਜ਼ਾਰ ਜਾਂਦੀ ਹਾਂ ਉਦੋਂ ਮੇਰੇ ਧਿਆਨ 'ਚ ਨਹੀਂ ਰਹਿੰਦਾ ਲਓ ਜੀ ਮਿਕਸਰ ਹੋ ਗਿਆ ਆਪਣਾ ਤਿਆਰ ਜਿਹਦਾ ਕੀ ਕਰੀਏ ਬਿਲਕੁਲ ਸਲੋਅ ਤੇ ਕਰਿਆ ਹੋਇਆ ਤਾਂ ਵੀ ਬਰਫ ਜਮਾ ਦਿੰਦਾ ਮੀਂਹ ਤਾਂ ਆਊਗਾ ਆਪਾਂ ਰੋਟੀ ਬਣਾ ਲਈਏ ਕਰੂਚੀ ਆਪਣਾ ਨਾ ਉਹਦੇ ਵਾਲਾ ਕੈਮਰਾ ਖਰਾਬ ਹੋਇਆ ਕਰ ਮੇਨ ਗੇਟ ਵਾਲਾ ਉਹ ਠੀਕ ਕਰਵਾ ਰਿਹਾ ਕਿਉਂਕਿ ਜਦੋਂ ਰਿੰਗ ਮਾਰਦਾ ਕੋਈ ਹੈ ਨਾ ਅਤੇ ਸਾਨੂੰ ਅੰਦਰ ਸਾਡੇ ਸਾਰੇ ਕੈਮਰੇ ਚੱਲਦੇ ਨੇ ਫਿਰ ਮੈਨੂੰ ਮੇਨ ਗੇਟ 'ਤੇ ਪਤਾ ਨਹੀਂ ਲੱਗਦਾ ਵੀ ਬੰਦਾ ਕੌਣ ਆ ਖੜਾ ਕਈ ਵਾਰੀ ਗੇਟ ਨਹੀਂ ਵੀ ਖੋਲ੍ਹਣਾ ਹੁੰਦਾ ਵੀ ਤੈਨੂੰ ਕੌਣ ਹੈ ਆਪਾਂ ਨੂੰ ਅੰਦਰੋਂ ਖੜਕੀ ਆਵਾਜ਼ ਦੇਣੀ ਪੈਂਦੀ ਹੈਗੀ ਟਾਈਮ ਬਹੁਤ ਖਰਾਬ ਚੱਲ ਰਿਹਾ ਵੀਰ ਨੂੰ ਭੇਜ ਦੇ ਫਟਾਫਟ ਮਾਸਟਰ ਜੀ ਖਾਣਾ ਦੇਣਗੇ ਵੀ ਕੁੜੀ ਨੇ ਰੋਟੀ ਲੇਟ ਕਰਤੀ ਜਿਹੜਾ ਸਕੂਲ 'ਚ ਲੈ ਕੇ ਜਾਊਗੀ ਉਹ ਲਾ ਦਿੰਦੇ ਵੱਡਾ ਸਾਰਾ ਜਿਹੜਾ ਘਰੇ ਖਾ ਕੇ ਜਾਊਗੀ ਵੱਡਾ ਸਾਰਾ ਦੂਜੇ ਸਕੂਲ ਵਾਲੇ ਤੋਂ ਛੋਟੇ ਬਣਾ ਦਿੰਦੇ ਮੇਰਾ ਹਰੇਕ ਹੈ ਨਾ ਚਾਹੇ ਮੈਂ ਖਾਣਾ ਬਣਾਉਣਾ ਕੁਛ ਵੀ ਜਾਂ ਮੇਰੇ ਕੰਮ ਕਰਨ ਦਾ ਹੱਥ ਜਮ੍ਹਾਂ ਮੇਰੀ ਮੰਮੀ 'ਤੇ ਹੈ ਨਹੀਂ ਹੈ ਜਦੋਂ ਆਪਣੀ ਨੈਕਸਟ ਵੀਡੀਓ ਆਉਂਦੀ ਆ ਉਹਦਾ ਚੇਂਜ ਹੋ ਜਾਂਦਾ ਕੁਛ ਜਿਵੇਂ ਉਹ ਵੀ ਸਾਨੂੰ ਵੱਡੇ ਵੱਡੇ ਪਰੌਂਠੇ ਬਣਾ ਕੇ ਦਿੰਦੇ
ਤੇ ਉਹ ਰੋਟੀ ਉਹ ਬਾਲੀ ਹਾਲੇ ਜਿਵੇਂ ਫੁਲਕਾ ਜਣਾ ਲਾਉਂਦੇ ਕਹਿੰਦੇ ਕੀ ਜਦੋਂ ਉਮਰ ਕੇ ਰੋਟੀ ਮੁੱਕ ਜਾਂਦੀ ਹੈ ਮੈਂ ਰੋਟੀ ਵੱਡੀ ਬਣਾਉਂਦੀ ਨਹੀਂ ਸਾਂਝੀ ਬਾਲੀ ਪਤਲੀ ਨਹੀਂ ਬਣਾਉਂਦੀ ਪਰ ਐਨ ਚੰਗੀ ਤਰ੍ਹਾਂ ਰਾੜ ਕੇ ਕਈ ਵਾਰ ਮੈਨੂੰ ਮੈਸੇਜ ਆਇਆ ਹੁੰਦਾ ਵੀ ਤੁਸੀਂ ਇੰਨੇ ਮੱਚੇ ਹੋਏ ਖਾਂਦੇ ਹੋ ਐ ਪਰ ਚੰਗੀ ਤਰ੍ਹਾਂ ਰਾੜ ਕੇ ਰੋਟੀ ਹਮੇਸ਼ਾ ਵੱਡੀ ਤੇ ਮੋਟੀ ਮਾੜੀ ਜਿਹੀ ਵਧੀਆ ਰੋਟੀ ਹੋਵੇ ਹਨਾ ਵੀ ਇਹ ਸਾਕਾ ਰੋਟੀ ਵੱਡੀ ਪਰ ਐਵੇਂ ਨਾ ਹੋਵੇ ਵੀ ਮੋਟੀ ਹੈ ਉਹ ਥੋੜ੍ਹੀ ਜਿਹਾ ਸਾਈਜ਼ ਵੱਡਾ ਹੋਵੇ ਰੋਟੀ ਦਾ ਵੀ ਕੀ ਗਿਣਤੀਆਂ ਜੇ ਕਰਾਈ ਜਾਣੇ ਫੁਲਕੇ ਦਾ ਹੁਣ ਇੱਕ ਵਾਰੀ ਆਪਣਾ ਘਰੇ ਮੈਨੂੰ ਪਤਾ ਵੀ ਉਹਨਾਂ ਨੇ ਦੋ ਫੁਲਕੇ ਖਾਣੇ ਨੇ ਚਾਹੇ ਮੈਂ ਬਿਲਕੁਲ ਛੋਟੇ ਲਾ ਦਾਂ ਚਾਹੇ ਮਾੜੀ ਜਿਹੀ ਭਾਰੀ ਰੋਟੀ ਲਾ ਦਾਂ ਉਹਨਾਂ ਨੇ ਦੋ ਹੀ ਖਾਣੀ ਹੈ ਇਸ ਕਰਕੇ ਮੈਂ ਫਿਰ ਬਾਹਲਾ ਆਏ ਜਾਂ ਵੀ ਛੋਟੀ ਛੋਟੀਆਂ ਜਿਹਾ ਲਾ ਦਿਉ ਜਿਵੇਂ ਨਿੱਕੇ ਨਿੱਕੇ ਫੁਲਕੇ ਆ ਮੈਂ ਮਸਾ ਛੋਟੇ ਵੇੜੇ ਕਰੂੰਗੀ ਵੀ ਉੱਥੇ ਸਕੂਲ ਗਰਾਊਂਡ ਵਿੱਚ ਉੱਥੇ ਲੈ ਕੇ ਜਾਊਗੀ ਆਪਦੇ ਸੈਂਟਰ 'ਚ ਉੱਥੇ ਉਹਨੂੰ ਕਹਿ ਵੀ ਕਹਿਣੀ ਲੈ ਤੇ ਮੰਮਾ ਨੇ ਜਿਹੜੇ ਪਰੌਂਠੇ ਪਕਾਏ ਉਹ ਕੀ ਤਿਆਰ ਹੋ ਗਿਆ ਪਰਨੂ ਵੀ ਜਾਉ ਉਹ ਤਾਂ ਕਹਿੰਦੇ ਜਾਂਦੀ ਨਹੀਂ ਜਾਉ ਮਾਸਟਰ ਜੀ ਪ੍ਰਾਪਤ ਕਰੂ ਕਹਿੰਦੇ ਪ੍ਰਭੂ ਥਾਲ ਮੈਂ ਦੇ ਉੱਪਰ ਚੱਕ ਕੇ ਲਿਆਉਂ ਮੇਰਾ ਬਰੋ ਦੀ ਰੂਟੀਨ ਚੱਲ ਰਿਹਾ ਨਾ ਹੁਣ ਸਾਰਾ ਕੰਮ ਬਾਜ਼ਾਰ ਦਾ ਕੰਮ ਕਰੋ 9 ਵਜੇ ਨੂੰ ਬਾਜ਼ਾਰ ਚ ਜਾਓ ਪਤਾ ਜੇ ਸ਼ਾਮ ਨੂੰ ਚਲੇ ਜਾਂਦੇ ਸਾਰਾ ਸਿਸਟਮ ਹੀ ਠੀਕ ਹੁੰਦਾ 9 ਤੋਂ ਲੈ ਕੇ ਵੀ 2 ਘੰਟੇ ਲਾ ਲਓ ਚੱਲ 3 ਲੱਗ ਜਾਣੇ 11-12 ਵਜੇ ਆਪਦੇ ਘਰੇ ਆ ਰੈਸਟ ਕਰੋ ਦੁਪਹਿਰ ਦਾ ਖਾਣਾ ਖਾਓ ਹੁਣ ਅਸੀਂ ਜਾਂਦੇ ਹਾਂ ਧਾਰ ਕੱਢ ਕੇ ਬਹੁਤ ਜ਼ਿਆਦਾ ਲੇਟ ਹੋ ਜਾਂਦਾ 5:30 ਜੇ ਹੁਣ ਜਾਂਦੇ ਹਾਂ ਦੁਪਹਿਰ ਨੂੰ ਤਾਂ ਫਿਰ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਲਓ ਜੀ ਫਟਾਫਟ ਆਪਾਂ ਬਣਾ ਦਈਏ ਪਰੌਂਠੇ ਠੀਕ ਹੈ ਫਿਰ ਗੱਲ ਕਰਦਾ ਮੇਰੀ ਮਸ਼ੀਨ ਵੀ ਖੜ ਗਈ ਮੇਰੇ ਕੰਮ ਦਾ ਇੱਕ ਕੰਮ ਜੇ ਕਰਦਾ ਫਿਰ ਮੈਂ ਜਾ ਕੇ ਆਉਣਾ 2 ਦਿਨ ਵਾਸਤੇ ਦਿੱਲੀ ਜੇ ਮੈਂ ਜਾਣ ਦੀ ਗੱਲ ਕਰਾਂ ਇਹਨਾਂ ਨੂੰ ਸਾਰੇ ਟੱਬਰ ਨੂੰ ਸੋਚ ਲੱਗ ਜਾਂਦੀ ਹੈ ਵੀ ਹੁਣ ਜਾਊਗੀ ਇਹ ਕੋਈ ਕਿੱਧਰ ਮਰਜ਼ੀ ਫਿਰਦਾ ਰਹੇ ਮੈਨੂੰ ਘੱਟ ਹੀ ਅਸਰ ਆਪਦੇ ਕੰਮ ਕਰ ਲੈਂਦੀ ਹੈ ਇਹਨਾਂ ਨੂੰ ਬਾਹਲਾ ਠੀਕ ਕਰਾਵਾਂਗੇ ਇਹਦੇ ਸਾਡੇ ਕੰਮ ਕੌਣ ਕਰਨ ਵਾਲੀ ਵਾਰੀ ਚਲੋ ਠੀਕ ਆ ਜੀ ਆਪਾਂ ਬਣਾ ਦਈਏ ਪਰੌਂਠੇ ਠੀਕ ਹੈ ਡੈਡੀ ਉਧਰ ਕੰਮ ਕਰ ਰਹੇ ਤੁਸੀਂ ਉਰੇ ਆਪਣੇ ਸਿਰ ਬਾਹ ਰਹੇ ਹੋ ਹੋਰ ਮੈਂ ਦਿੱਲੀ ਬੰਦੀ ਆ ਉਹ ਕੰਮ ਵਾਲੇ ਬੰਦੇ ਹੋਰ ਸਾਰਾ ਦਿਨ ਮੇਕਅਪ ਦੇ ਸਟਾਈਲ ਤੇ ਲੱਗੀ ਰਹਿੰਦੀ ਫੁੱਕਦੀ ਤੇ
करते हैं भाई साथ कराने तो है बट बस सू तनखा नहीं दिंदे हाँ फ्री काम कराते हैं धक्के नाल नाप देन आवांगे सूट का नाप दे के जावांगे जो सूट मंगा सौखा हो जाऊगा मैं चलो ठीक है मैंने उन्होंने एवं नहीं दस्या है मैं चल एक सूट का नाप दे आवांगे भी मैं लै लूंगी जो उन्होंने आया तो मैंने पता लग्या भी उन्होंने सत्त अठ सूटा का नाप देना अलग अलग उन्होंने सारी फैमिली उधर है फिर मैं टेलर को बुलाया मैं तुम जी नाप है ना बोली चलो मैं फटाफट दे दूंगी टाइम लगेगा घर के सिर्फ मैं दो चीज़ा लाइनी तीन चीज़ा पहला मॉइस्चराइजर है जी दूसरा मेरा है जी सनस्क्रीन है जो अभी धुपनी हैगी मैं नहीं लाई तीसरी लिपस्टिक है बस और कुछ नहीं तीन लिपस्टिक मैं कद नहीं लाई हैगी क्योंकि स्कूल जाने ना अपना आदत पई होंगी है जॉब पर जाने लिपस्टिक ला के रखी है पर हूँ घर मैंने इन्ना सुभाव पै गया कुछ तब जो वीडियो बनाने करके जो कि मैं भी मैंने ऐसा होंगे भी ना वो पहला हफ्ता मॉइस्चराइजर ला उसको लिपस्टिक लाओ और तीस ही ला के रखो फोन धारी होने सारे एक दो तीन चार फोन जो खाना से तो दिता नहीं लो जी हूँ आप पहला बना दी पता हूँ मेरे मेन काम किन्ने करने वाले पैने सब्जी मैं तोड़नी है बाजार मैं जाना है ब्लॉग एडिट मैं करना पंजाबी कॉर्नर वास्ते वीडियो मैं बनानी आ बाकी जो हिसाब किताब लाने सब शाम को ला देंगे इन्ने ज्यादा काम करने वाले पैने अज मैनू लगता से सारे दिनों घट काम अज कर होना पता नहीं किमें दिन लंघ गया जो टाइम देखे ढाई बजे पर मैं रोटी का टाइम भी हो गया अभी बेकार जहाँ दिन जहाँ लंघ गया तो कोई कोई कणी डिगनी शुरू हो गई जी मौसम है काफ़ी ज़्यादा बदल हो लग हो रहे हैं कई दिन के तो मीह पेगा 5 तरीक तक कहते नहीं 5 जून तक आ भी जोड़ा मौसम इस तरह ही खराब चलूगा देखो पर सारे व्यूवर्स कमेंट कर रहे हैं भी साढ़े भी मीह आ साढ़े भी सारे कितने मीह पै रहा है तो यह मीह पाकिस्तान भी हैगा गा सारे कितने ही मीह पै रहा वधिया गल हूँ तो मौसम ठंडा होया हो ठंडा रहना भी चाहिए देखो पिछे मेरी कि बदलवाई हुई हुई है देखो चलो ठीक है जी आप अजे ब्लॉग का एंड इतें करते हैं ठीक है तो छुट्टी वाला पहला दिन किस तरह का रहा थोड़े सामने है कोई खास काम असी नहीं कर पाए तो मैं भोगते जाना सी अज मैं उधर भी नहीं जाया गया क्योंकि जी सवेरे वो आ गए फिर 2-2.5 घंटे सानू उन्होंने स्पेंड किए असी है ना 2 घंटे 2.5 घंटे टाइम लग ही जाता बस अ थोड़े थोड़े ना टाइम लग गया
उस तो बाद फिर मैं बाल धोने से बाल धोने वेले मेरे नहीं याद आया भी अज वीरवार है। जो मैं बाल धो ले खोल ले फिर पता लगे भी अज वीरवार है। मैं कदे वीरवार को बाल नहीं धोते, मैं ऐं भी पता नहीं भी ये वहम है जा की कुछ है ना। जो असं छोटे होंगे छोटे होंगे तो मम्मी कहती सी छोटा कला भाई है वीरवार को नहीं बाल धोने हो गए होंगे कल्ले भाई तो ग्रह होंगे, पर अज पता नहीं मैं किवें भुल गई भी वीरवार है। पता जो अपने बाल ज़्यादा गंदे होने हूँ उदो आप भुल जाने भी अज की दिन है। कई दिन दिन सोच रही सी बाल धोने नहीं बाल धोने नहीं, पर टाइम नहीं लग रहा सी बिजी बहुत ज़्यादा चल रहे सी। तो चलो ठीक है जी, आप जड़े ब्लॉग दें एंड इत ही करते हैं। तो मौसम है जोड़ा काफ़ी मीह आने तैयार होया हो, आप मौसम का आनंद लें। ठीक है, ठीक है जी, फिर कल फिर कल नवे ब्लॉग ना मिलते हैं। जो ब्लॉग वधिया लगे प्लीज़ लाइक शेयर कमेंट जरूर करो, जो चैनल पर नवे सबसक्राइब जरूर करो। ठीक है जी, फिर नवे ब्लॉग ना मिलते हैं, तद तक दे सत श्री अकाल बाय।